ਔਰ ਕੋਰਟ ਦੇ ਅੰਦਰ ਐਪਲੀਕੇਸ਼ਨ ਫਾਈਲ ਕੀਤੀ ਮੈਂ ਪਹਿਲਾਂ ਉਹਦੇ ਦੱਸਣਾ ਚਾਹੁੰਦਾ ਕੋਰਟ ਜਾ ਕੇ ਕੀ ਕਹਿੰਦੇ ਨੇ ਇਟ ਇਜ਼ ਸਬਮਿਟਡ ਦੈਟ ਕੰਪਲੇਨੈਂਟ ਅਕਿਊਜ਼ਡ ਐਮਐਸ ਸਿਰਸਾ ਹੈਜ਼ ਆਲਰੇਡੀ ਸੋਲਡ ਹਿਸ ਪ੍ਰੋਪਰਟੀਜ਼ ਐਂਡ ਹਿਸ ਪ੍ਰੋਸੈਸ ਆਫ ਫਰੀਇੰਗ ਸੂਨ ਐਂਡ ਵੈਨ ਦੀ ਫਲਾਈਟ ਵਿਲ ਰਿਜ਼ਿਊਮ ਕਿ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਪ੍ਰੋਪਰਟੀ ਵੇਚ ਲਈ ਆ ਔਰ ਜਦੋਂ ਫਲਾਈਟਾਂ ਖੁੱਲਣਗੀਆਂ ਉਹ ਭੱਜੇਗਾ ਕੌਣ ਬੋਲ ਰਹੇ ਨੇ ਸਰ ਪਰਮਜੀਤ ਸਿੰਘ ਸਰਨਾ ਯਾਰ ਆਪਣੀ ਉਮਰ ਦੇਖ ਲਓ ਆਪਣੀ ਉਮਰ ਦੇਖ ਲਓ ਯਾਰ ਕੋਈ ਤੁਹਾਨੂੰ ਗੁਰੂ ਘਰ ਦੇ ਅੰਦਰ ਸੇਵਾ ਦੀ ਗੱਲ ਕਰਦੇ ਜੇ ਤੁਸੀਂ ਇਹ ਕਹਿੰਦੇ ਸਾਨੂੰ ਗੁਰੂ ਘਰ ਦੀ ਸੇਵਾ ਦਿੱਤੀ ਜਾਵੇ ਯਾਰ ਉਮਰ ਦੇ ਨਾਲ ਝੂਠ ਵੀ ਕੋਈ ਮੈਚ ਕਰਨਾ ਚਾਹੀਦਾ ਹੈ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਉਹਦੇ ਬਾਅਦ ਕਿਹਾ ਜੀ ਅੱਗੇ ਆਈਓ ਕੀ ਕਹਿੰਦਾ ਹੈ ਜਦੋਂ ਜੱਜ ਆਈਓ ਕੋਈ ਤਾਂ ਆਈਓ ਕਹਿੰਦਾ ਹੈ ਇਟ ਇਜ਼ ਸਬਮਿਟਡ ਦੈਟ ਦ ਰਿਪੋਰਟ ਐਂਡ ਐਲੀਗੇਸ਼ਨਸ ਆਰ ਨਨ ਜਸਟੀਫਾਈਡ ਆਈਓ ਕਹਿੰਦਾ ਹੈ ਇਹ ਸਾਰੇ ਐਲੀਗੇਸ਼ਨਸ ਨਨ ਜਸਟੀਫਾਈਡ ਅੱਗੇ ਵੀ ਲਿਖਦਾ ਹੈ ਕਿ ਜਿਹੜੇ ਉਹ ਮਨਜਿੰਦਰ ਸਿੰਘ ਸਿਰਸਾ ਔਰ ਬਾਕੀ ਲੋਕ ਨੇ ਜਦੋਂ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਉਹਨੇ ਕਿਹਾ ਦੇਰ ਦੇਰ ਇਜ਼ ਨੋ ਐਡਰਸੀ ਆਫ ਦ ਅਕਿਊਜ਼ ਪਰਸਨ ਹੈਵ ਬੀਨ ਓਪਨ ਐਸ ਦੇ ਆਰ ਰੈਗੂਲਰਲੀ ਜੁਆਇਨਿੰਗ ਇਨਵੈਸਟੀਗੇਸ਼ਨ ਐਸ ਐਂਡ ਵੈਨ ਆਸਕਡ ਜਦੋਂ ਐਕਰੈਡਿਟ ਵਿੱਚ ਠੀਕ ਹੈ ਜੀ ਜਦੋਂ ਜਦੋਂ ਵੀ ਮੰਗੇ ਬੁਲਾਇਆ ਜਾਂਦਾ ਹੈ ਇਸ ਕਰਕੇ ਐਲਓਸੀ ਖੋਲਣਾ ਮਤਲਬ ਨਹੀਂ ਹੁੰਦਾ ਕਿ ਉਹ ਤੇ ਖੁਦ ਇਨਵੈਸਟੀਗੇਸ਼ਨ ਜੁਆਇਨ ਕਰਦੇ ਨੇ ਜਦੋਂ ਜਦੋਂ ਬੁਲਾਇਆ ਜਾਂਦਾ ਜੱਜ ਨੇ ਕੀ ਲਿਖਿਆ ਹੈ ਕਿ ਆਈ ਕੋ ਇਸ਼ੋਰ ਕਰੇ ਕਿ ਜਸਟਿਸ ਤੋਂ ਹਰੇਕ ਨੂੰ ਜਸਟਿਸ ਤੋਂ ਕੋਈ ਭੱਜੇ ਨਾ ਹਰੇਕ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਖੁਦ ਜੁਆਇਨ ਕਰਦੇ ਹਾਂ ਔਰ ਮੈਂ ਅੱਜ ਵੀ ਦਾਅਵੇ ਦਾ ਕਿਨਾਂ ਇਹ ਸਾਰੇ ਲੋਕ ਇਕੱਠੇ ਹੋ ਕੇ ਪੰਜ ਬੰਦੇ ਜਿਹਨੂੰ ਇਹ ਸਮੀਟਰ ਸਾਹਮਣੇ ਖੜਾ ਕੇ ਦੱਸ ਦੇਣ ਮੈਂ ਕਿਹੜਾ ਜ਼ਿੰਦਗੀ 'ਚ ਇੱਕ ਗੁਰਦੁਆਰਾ ਕਮੇਟੀ ਤੇ ਇੱਕ ਮੇਰਾ ਐਲੀਗੇਸ਼ਨ ਪ੍ਰੂਫ ਕਰ ਦੇਣ ਮੈਨੂੰ ਕਿਸੇ ਕੋਰਟ ਚਾਰ ਦੀ ਲੋੜ ਨਹੀਂ ਪੁਲਿਸ ਦੀ ਲੋੜ ਨਹੀਂ ਮੈਂ ਆਪ ਛੱਡ ਕੇ ਚਲੇ ਜਾਊਂਗਾ ਇਹ ਪ੍ਰੂਫ ਕਰ ਦੇਣ ਅਸੀਂ ਇਹਨਾਂ ਗੱਲਾਂ 'ਚ ਨਾ ਕਦੀ ਗਏ ਨਾ ਜਾਣਾ ਚਾਹੁੰਦੇ ਹਾਂ ਕਿਉਂਕਿ ਉਹ ਇੱਕ ਪਾਸ ਹੀ ਪੜਦਾ ਔਰ ਉਸ ਪਾਸ ਨੂੰ ਅਸੀਂ ਆਪਣੇ ਗੁਰਦੁਆਰੇ ਦੇ ਸ਼ਾਨੋ ਮੱਤੀ ਜਿਹੜਾ ਇਤਿਹਾਸ ਆ ਉਹਦੇ ਨਾਲ ਜੋੜਨਾ ਨਹੀਂ ਚਾਹੁੰਦੇ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਤੁਹਾਡੇ ਉਸ ਗੰਦੇ ਪਾਸ ਨੂੰ ਜਿਹਦੇ ਤਹਿਤ ਤੁਸੀਂ ਕਿਤਨਾ ਕੰਮ ਕੀਤੇ ਮੈਂ ਉਹਦੇ 'ਚ ਅੱਜ ਵੀ ਨਹੀਂ ਜਾਣਾ ਚਾਹੁੰਦਾ ਸਾਡਾ ਪਰਪਸ ਆ ਅਸੀਂ ਲੋਕਾਂ ਨੂੰ ਦੇਸ਼ ਵਿੱਚ ਦੱਸਣਾ ਕੀਤਾ ਹੈ ਦੁਨੀਆ ਨੂੰ ਅਸੀਂ ਕੌਣ ਆ ਸਿੱਖ ਤਾਕਤ ਕੀ ਆ ਅੱਜ ਦੇਸ਼ ਦੀਆਂ ਸਰਕਾਰਾਂ ਜੁੜਾ ਕਰ ਸਕੀਆਂ ਉਹ ਦਿੱਲੀ ਦੇ ਸਿੱਖਾਂ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਤਿਹਾਸ ਰਚਿਆ ਸ਼ਾਨੋ ਮਤੀ ਇਤਿਹਾਸ ਦੱਸੋ ਦੇਸ਼ ਦੇ ਅੰਦਰ ਕਿਹੜੀ ਐਸੀ ਸੰਸਥਾ ਸੀ ਜਿਸ ਨੇ 2 ਸਾਲਾਂ ਦੇ ਅੰਦਰ ਅੰਦਰ ਦੇਸ਼ ਦੇ ਅੰਦਰ ਐਸੀ ਇਤਿਹਾਸ ਰਚੇ ਹੋਣ ਅੱਜ ਦਸਤਾਰ ਦੀ ਗੱਲ ਪੂਰਾ ਦੇਸ਼ ਕਰਦਾ ਹੈ ਅੱਜ ਫਰਾਂਸ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਿੱਖਾਂ ਤੇ ਇੰਨਾ ਵਿਸ਼ਵਾਸ ਕਰਦੀਆਂ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਰਜਾਂ ਤੇ ਵਿਸ਼ਵਾਸ ਕਰਦੀਆਂ ਨੇ 2.5 ਕਰੋੜ ਦਾ ਆਕਸੀਜਨ ਦਾ ਪਲਾਂਟ ਸਾਨੂੰ ਭੇਜਦੀ ਹੈ ਅੱਜ ਆਸਟ੍ਰੇਲੀਆ ਦੀ ਸਰਕਾਰ ਇੰਨਾ ਵਿਸ਼ਵਾਸ ਕਰਦੀ ਆ ਕਿ ਉਹ ਕਰੋੜਾਂ ਰੁਪਇਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਨੂੰ 1.65 ਕਰੋੜ ਰੁਪਇਆ ਨਾਰਥ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਦੇਣਾ ਕੀਤਾ ਇਹ ਸਾਡਾ ਵਿਸ਼ਵਾਸ ਹੈ ਲੋਕਾਂ ਦੇ ਅੰਦਰ ਅਮਰੀਕਾ ਤੋਂ ਲੋਕ ਸਰਕਾਰ ਉੱਥੋਂ ਦੀ ਵੈਂਟੀਲੇਟਰ ਭੇਜਦੀ ਆ ਇਹ ਸਿੱਖਾਂ ਦੀ ਅਸੀਂ ਸ਼ਾਨ ਨੂੰ ਬਰਕਰਾਰ ਕੀਤਾ ਹੈ ਚਾਹਿਆ ਇਹ ਸਰਕਾਰ ਦੇ ਖਿਲਾਫ ਨਹੀਂ ਬੋਲੀ ਕਿਉਂ ਕਿਉਂਕਿ ਉਹ ਸਰਕਾਰ ਤੋਂ ਤੇ ਵੋਟਾਂ ਲੈਣੀ ਔਰ ਵੋਟ ਇਲੈਕਸ਼ਨਾਂ ਨੂੰ ਪਾਉਣੀਆਂ ਨੇ ਆਹ ਰਕਾਬ ਨਹੀਂ ਸਾਹਿਬ ਅੰਦਰ ਕੀ ਮੁੱਦਾ ਹੋਇਆ ਪੁਲਿਸ ਆਈ ਇੱਥੇ ਔਰ ਉਸ ਪੁਲਿਸ ਦੇ ਖਿਲਾਫ ਅਸੀਂ ਤੇ ਬੋਲਦੇ ਆ ਇਸ ਪੁਲਿਸ ਦੇ ਖਿਲਾਫ ਇਹਨਾਂ ਪ੍ਰਧਾਨਾਂ ਦੇ ਬੋਲਣ ਦੀ ਹਿੰਮਤ ਨਹੀਂ ਕਿਉਂ ਉਹ ਭਾਜਪਾ ਦੀ ਸਰਕਾਰ ਦੀ ਪੁਲਿਸ ਆ ਉਹਦੇ ਖਿਲਾਫ ਤੇ ਅਸੀਂ ਬੋਲ ਨਹੀਂ ਸਕਦੇ ਕਿਵੇਂ ਇਹ ਤੇ ਬੋਲ ਨਹੀਂ ਸਕਦੇ ਨਾ ਕਹਿੰਦੇ ਕਿਉਂ ਨਹੀਂ ਬੋਲ ਸਕਦੇ ਜੀ ਕਿਉਂਕਿ ਅਸੀਂ ਉਹਨਾਂ ਤੋਂ ਕੰਮ ਲੈਣ ਚੱਲ ਜਾ ਕੇ ਇਹ ਇਹਨਾਂ ਦੀ ਹਾਲਤ ਆ ਹਿੰਮਤ ਆ ਮੈਂ ਸਾਰੇ ਇਹਨਾਂ ਪ੍ਰਧਾਨਾਂ ਨੂੰ ਕਹਿਣਾ ਹੈ ਅੱਜ ਇਲੈਕਸ਼ਨ ਨਹੀਂ ਜਵਾਈਆਂ ਸਰਕਾਰ ਆਓ ਜਾਓ ਸਾਡੇ ਨਾਲ ਚੱਲ ਕੇ ਲਓ ਗੁਜ਼ਾਰਾ ਕਰੋ ਬੀਜੇਪੀ ਦੇ ਗ੍ਰਹਿ ਮੰਤਰੀ ਦੇ ਘਰ ਦਾ ਖਰਾਬ ਕਰੋ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਦਾ ਖਰਾਬ ਲੋਕਾਂ ਨੂੰ ਆਪੇ ਪਤਾ ਲੱਗ ਜੂਗਾ ਇਲੈਕਸ਼ਨਾਂ ਤੁਸੀਂ ਲਗਵਾ ਰਹੇ ਜੇ ਕਿ ਕੋਈ ਬੋਲ ਲਗਵਾ ਰਹੇ ਇਹ ਤੁਸੀਂ ਬਦਨਾਮ ਕਰਨ ਵਾਸਤੇ ਲੱਗ ਕੋਸ਼ਿਸ਼ਾਂ ਕਰ ਰਹੇ ਹੋ ਜੀ ਔਰ ਮੈਂ ਜਨਤਕ ਤੌਰ ਤੇ ਫਿਰ ਕਹਿ ਰਿਹਾ ਤੁਸੀਂ ਲੱਗ ਕੋਸ਼ਿਸ਼ਾਂ ਕਰ ਰਹੇ ਹੋ ਇਹ ਕਿਹਾ ਇਹਨਾਂ ਆਪਣੇ ਸੇਵਾਦਾਰਾਂ ਨੂੰ ਜਾਓ ਤੁਸੀਂ ਲੋਕਾਂ ਦੀ ਜਾਨਾਂ ਬਚਾਓ ਆਕਸੀਜਨ ਦੇ ਰਾਹੀਂ ਜਾਓ ਤੁਸੀਂ ਲੰਗਰ ਦੇ ਰਹੇ ਆਪਣੀ ਲੋਕਾਂ ਦੀ ਜਾਨਾਂ ਬਚਾਓ ਜਾਓ ਤੁਸੀਂ ਹਸਪੀਟਲ ਬਣਾ ਕੇ ਆਪਣੀ ਲੋਕਾਂ ਦੀ ਜਾਨਾਂ ਬਚਾਓ ਜਾਓ ਤੁਸੀਂ ਕੋਵਿਡ ਦੇ ਹਸਪੀਟਲ ਬਣਾ ਕੇ ਲੋਕਾਂ ਦੀ ਜਾਨ ਬਚਾਓ ਤੁਸੀਂ ਡੈਂਸਿਸ ਦੇ ਹਸਪੀਟਲ ਬਣਾ ਕੇ ਲੋਕਾਂ ਦੀ ਜਾਨ ਬਚਾਓ ਇਸ ਉਹਦੇ ਇਲਾਵਾ ਇਹਨਾਂ ਦੇ ਸਿੱਖੀ ਪਾਇਆ ਗੁਰੂ ਨੇ ਇਹਨਾਂ ਦੇ ਸਿੱਖੀ ਪਾਇਆ ਹੈ ਇਹਨਾਂ ਨੂੰ ਸਗੋਂ ਗੁਰੂ ਘਰ ਜਾ ਕੇ ਪੁੱਛਣਾ ਚਾਹੀਦਾ ਗੁਰੂ ਸਾਹਿਬ ਸਾਡੇ ਇਸੇ ਸਿਰਫ ਗਾਲਾਂ ਪਾਈਆਂ ਅਸੀਂ ਕਿਹੜਾ ਲੋਕਾਂ ਦਾ ਵਿਰੋਧ ਨਹੀਂ ਕਰਾਂਗੇ ਚੰਗੇ ਕੰਮਾਂ ਦਾ ਗੁਰੂ ਘਰ ਦਾ ਵਿਰੋਧ ਇਹਨਾਂ ਦੇ ਸਿੱਖੀ ਆਇਆ ਗੁਰੂ ਘਰ ਨੂੰ ਕੰਗਾਲ ਕਿਉਂ ਇਹਨਾਂ ਨੇ ਦੱਸਿਆ ਆਪਣੇ ਸਿੱਖਾਂ ਨੂੰ ਮਾੜਾ ਕਿਉਂ ਇਹਨਾਂ ਦੱਸਿਆ ਆ ਇਹੀ ਫਰਕ ਆ ਇੱਕ ਪਾਸੇ ਇਹ ਲੋਕ ਨੇ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਤੇਗ ਬਹਾਦਰ ਸਾਹਿਬ ਤੇ ਸੀ ਤੁਹਾਡੀਆਂ ਗੋਡੀਆਂ ਹਲਕਾਂ ਸਾਡਾ ਨਿਸ਼ਾਨ ਲੈਣ ਤੋਂ ਲੈ ਕੇ ਬਾਹਰ ਵੀ ਦਾ ਸਾਡਾ ਨਿਸ਼ਾਨ ਛਿੰਨਣ ਤੋਂ ਲੈ ਕੇ ਸਾਨੂੰ ਇਲੈਕਸ਼ਨ ਤੋਂ ਬਾਰ ਬਾਰ ਕਿਹਾ ਸੀ ਇਲੈਕਸ਼ਨ ਤੋਂ ਬਾਹਰ ਬਣਾ ਦਿੱਤਾ ਹੈ ਪਰ ਕਿਉਂ
ਸਾਡਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਵਿਸ਼ਵਾਸ ਸੀ ਜੇ ਤੂੰ ਸਾਡੀ ਹੋਈ ਵਾਰ ਵਾਰ ਸਾਡੀ ਹੋਈ ਤੁਸੀਂ ਸਰਕਾਰ ਦੇ ਪੈਰ ਜਾ ਕੇ ਲੰਬੇ ਪੈਂਦੇ ਜੇ ਤੁਹਾਡੀ ਪਹਿਲਾਂ ਵੀ ਹਾਰ ਹੋਈ ਆ ਤੇ ਤੁਹਾਡੀ ਗਾਹ ਵੀ ਹਾਰ ਹੋਈ ਜਿੱਤ ਸੱਚੇ ਤੱਕ ਦੀ ਪਹਿਲਾਂ ਵੀ ਸੀ ਤੇ ਜਿੱਤ ਸੱਚੇ ਤੱਕ ਦੀ ਗਾਹ ਵੀ ਹੋਊਗੀ ਔਰ ਮੈਂ ਸਰਦਾਰ ਸਰਨਾ ਸਾਹਿਬ ਨੂੰ ਚੈਲੰਜ ਕਰਕੇ ਪੁੱਛਦਾ ਇਹ ਭੱਜਣ ਦਾ ਕੰਮ ਤੁਹਾਡਾ ਹੈ ਤੇ ਜਲਾਸਾਂ ਵੇਚ ਕੇ ਤੁਸੀਂ ਗਏ ਜੇ ਲੁਧਿਆਣੇ ਤੋਂ ਲੈ ਕੇ ਸੋਨੀਪਤ ਤੋਂ ਲੈ ਕੇ ਇਹ ਕੰਮ ਤੁਹਾਡੇ ਸਿਆਇਆ ਹੈ ਅਸੀਂ ਮਾਨਵਤਾ ਦੀ ਸੇਵਾ ਲਈ ਖੜੇ ਸਾਂ ਖੜੇ ਹਾਂ ਔਰ ਲੋਕਾਂ ਦੀ ਆਸ਼ੀਰਵਾਦ ਸਦਕੇ ਖੜੇ ਹਾਂ ਤਾਂ ਹੀ ਤੁਹਾਨੂੰ ਬਾਰ 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 ਹਾਰ ਦਾ ਮੂੰਹ ਦੇਖਣਾ ਪੈਂਦਾ ਕਿਉਂਕਿ ਤੁਹਾਡੀਆਂ ਇਹਨਾਂ ਕਰਤੂਤਾਂ ਦੇ ਕਰਕੇ ਜਾ ਕੇ ਲੋਕਾਂ ਦੇ ਸੇਵਾ ਕਰੋ ਲੋਕਾਂ ਦੇ ਚਲ ਪਰਸੋ ਲੋਕ ਤੁਹਾਡਾ ਸਾਥ ਦੇਣਗੇ ਸਾਨੂੰ ਗਾਲਾਂ ਕੱਢਿਆ ਤੁਹਾਨੂੰ ਲੋਕ ਸਾਥ ਨਹੀਂ ਦੇਣਗੇ ਮੈਂ ਫਿਰ ਤੋਂ ਕਹਿੰਦਾ ਜੇ ਤੋ ਇਹਨਾਂ ਚੋਂ ਸਰਦਾਰ ਮੈਂ ਤੁਸੀਂ ਦੱਸ ਦੀ ਅਸੀਂ ਹਾਈ ਕੋਰਟ ਦੇ ਅੰਦਰ ਇਹ ਤਾਂ ਬੋਲਦੇ ਹਾਂ ਨਾ ਇਹਨਾਂ ਦੇ ਬੋਲੀਆਂ ਗੱਲਾਂ ਵਿੱਚ ਮੈਂ ਝੂਠੇ ਕਦੋਂ ਗਿਣਾ ਹੀ ਦਿਆਂ ਅਸੀਂ ਆਕਸੀਜਨ ਦਾ ਪਲਾਂਟ ਪਾ ਦਿੱਤਾ ਜੀ ਅਸੀਂ ਫ੍ਰੀ ਆਕਸੀਜਨ ਦੇਵਾਂਗੇ ਕਿੱਥੇ ਸਰਪੰਚ ਸਾਹਿਬ ਨੂੰ ਪਲਾਂਟ ਫਿਰ ਅਸੀਂ ਹਾਈ ਕੋਰਟ 'ਚ ਪਾ ਦਿੱਤਾ ਜੀ ਅਸੀਂ ਹੁਣ ਹਾਈ ਕੋਰਟ 'ਚ ਸੀਸ ਗੰਡ ਪਾ ਦਿੱਤਾ ਹੁਣ ਅਸੀਂ ਸੀਸ ਗੰਡ ਦੀ ਗੱਲ ਕਰਾਂਗੇ ਕਿਉਂਕਿ ਤੁਸੀਂ ਝੂਠ ਹੀ ਬੋਲਣਾ ਪਰ ਅਸੀਂ ਤੁਹਾਨੂੰ ਦੱਸ ਕੇ ਚੱਲੇ ਹਾਂ 342 ਦੀ ਐਪਲੀਕੇਸ਼ਨ ਲਾਵਾਂਗੇ ਹਾਈ ਹੈ 340 ਸੌਰੀ 340 ਐਪਲੀਕੇਸ਼ਨ ਲਾਵਾਂਗੇ ਹਾਈ ਕੋਰਟ ਨੂੰ ਜਾ ਕੇ ਦੱਸਾਂਗੇ ਆਹ ਕਰਤੂਤਾਂ ਕਰਦੇ ਨੇ ਦਿੱਲੀ ਕਮੇਟੀ ਦੇ ਚੁਣਾਵ 'ਚ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਵਾਸਤੇ ਆਹ ਕਰਤੂਤਾਂ ਕਰਦੇ ਨੇ ਲਿਖ ਕੇ ਦਿੰਦੇ ਨੇ ਝੂਠੀਆਂ ਚੀਜ਼ਾਂ ਕਿ ਸਿਰਸੇ ਨੇ ਜ਼ਮੀਨ ਵੇਚਤੀ ਆ ਆਪਣੇ ਘਰ ਵੇਚਤੀ ਆ ਤੇ ਭੱਜਣ ਲੱਗਾ ਦੱਸੇ ਮੈਨੂੰ ਦੇਸ਼ ਦੀ ਸੰਗਤ ਦਾ ਕਿਹੜਾ ਬੰਦਾ ਕਹਿੰਦਾ ਹੈ ਜਿਨ੍ਹਾਂ ਲੋਕਾਂ ਨੇ ਜੇਲ੍ਹਾਂ 'ਚ ਆਪਣੇ ਕਿਸਾਨਾਂ ਦੀ ਲੜਾਈ ਲੜਦੀ ਆਪਣੀ ਜਾਨ ਦੇ ਖੇਤ ਤੇ ਆਪਣੇ ਕਿਸਾਨਾਂ ਦੇ ਪਿੱਛੇ ਮਰਨ ਤੱਕ ਗਏ ਭੱਜਣ ਦਾ ਕੰਮ ਤੁਹਾਡਾ ਹੈ ਸਾਡਾ ਨਹੀਂ ਅਸੀਂ ਦੋਗਲਾ ਭੱਜੇ ਤੋਂ ਸਰਕਾਰਾਂ ਸਾਨੂੰ ਮਾਰਨੋਂ ਫਿਰਦੀਆਂ ਸੀ ਸਰਕਾਰਾਂ ਸਾਡੇ ਮੁਕਦਮੇ ਦਰਜ ਕਰਾਏ ਇਹ ਸਰਨਾ ਸਾਹਿਬ ਭੱਜਣਾ ਤੁਹਾਡੇ ਸਿਆਇਆ ਤੇ ਤੁਹਾਡੇ ਹਿੱਸੇ ਹੀ ਹੁੰਦਾ ਹੈ ਨਾ ਇਸ ਕਰਕੇ ਆਹ ਲੋਕਾਂ ਨੂੰ ਜੋ ਤੁਸੀਂ ਬਰਗਲਾਉਂਦੇ ਸੀਗੇ ਜੇ ਤੁਹਾਡੀ ਹਿੰਮਤ ਤੇ ਆ ਕੇ ਕਹੋ ਟੀਵੀ ਚੈਨਲ ਤੇ ਕਿ ਮੇਰੇ ਖਿਲਾਫ ਐਲੋਸੀ ਹੋਈ ਆ ਦੱਸੋ ਆ ਕੇ ਕਿਹੜੇ ਆਰਡਰ ਚ ਹੋਈ ਆ ਤੁਸੀਂ ਕਿਹਾ ਜੀ ਨਜ਼ਦੀਕੀ ਪੁਲਿਸ ਸਟੇਸ਼ਨ ਇਨਫੋਰਮ ਕਰੋ ਆ ਜਨਤਕ ਤੌਰ ਤੇ ਬੋਲ ਕੇ ਚੱਲਿਆ ਹੈ ਦੱਸੋ ਕਿੱਥੇ ਵੀ ਆ ਮੈਂ ਤੁਸੀਂ ਕਹਿ ਰਹੇ ਜੋ ਲੋਕਾਂ ਦੀ ਕਚਹਿਰੀ ਮੈਂ ਖੜੋ ਕੇ ਕਚਹਿਰੀ ਕਹਿਣਾ ਹੈ ਜਿਹੜੇ ਮਰਜ਼ੀ 5 ਮਿੰਟ ਖੜੋ ਕੇ ਪੜ੍ਹ ਕੇ ਦੱਸ ਦਿਓ ਆਰਡਰ ਕਿਹੜੀ ਸਰਕਾਰ ਨੇ ਮੇਰੇ ਖਿਲਾਫ ਲਿਖਿਆ ਹੈ ਤੇ ਜਦ ਤੁਸੀਂ ਕੁਰਸੀ ਛੱਡ ਕੇ ਆਪ ਭੱਜਿਓ ਜੇ ਐਸੇ ਤੁਸੀਂ ਭਗੌੜੇ 'ਚ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਵੀ ਪੁੱਛਣ ਲੱਗਾ ਸੀ ਆਪ ਤਾਂ ਆਜੋ ਕਿਤੇ